ਫਾਜ਼ਿਲਕਾ ਦੇ ਵਿੱਚ ਇੱਕ ਘਰ ਦੇ ਬਾਹਰ ਚੂਹਾ ਛੱਡਣ ਨੂੰ ਲੈ ਕੇ ਹੋਇਆ ਵੱਡਾ ਵਿਵਾਦ, ਵਿਰੋਧ ਕਰਨ ਤੇ ਹੋਇਆ ਝਗੜਾ, ਦੋ ਧਿਰਾਂ ਆਪਸ 'ਚ ਉਲਝੀਆਂ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਜਿਸ ਦੇ ਸਿਰ 'ਤੇ ਵਾਰ ਕੀਤੇ ਗਏ ਨੇ। ਇਸ ਜ਼ਖਮੀ ਵਿਅਕਤੀ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਐਕਚੁਅਲੀ ਸਾਡੇ ਘਰ ਕੋਲ ਕੋਈ ਜਰਮਨ ਤੋਂ ਆਏ ਹੋਏ ਨੇ ਅਤੇ ਉਹਨਾਂ ਨੇ ਕੋਈ ਪਹੀਆ ਰੱਖਿਆ ਹੋਇਆ ਹੈ ਜਿਹਦੀ ਕੋਈ ਵੈਰੀਫਿਕੇਸ਼ਨ ਦੇ ਨਹੀਂ ਹੋ ਰੱਖੀ, ਨਾ ਕੋਈ ਡਾਕੂਮੈਂਟ ਥਾਣੇ 'ਚ ਹਜੇ ਦਿੱਤੇ ਹੋਏ ਉਹਨਾਂ ਨੇ, ਅਤੇ ਉਹ ਸਾਡੇ ਘਰ ਕੋਲ ਚੂਹਾ ਛੱਡਣ ਆ ਰਿਹਾ ਸੀ ਅਤੇ ਪਾਪਾ ਨੇ ਉਹਨੂੰ ਸਮਝਾਇਆ ਕਿ ਇੱਥੇ ਨਾ ਛੱਡੋ ਕਿਉਂਕਿ ਸਾਡੇ ਘਰਾਂ 'ਚ ਨੁਕਸਾਨ ਕਰਦੇ ਨੇ, ਕਿਧਰੇ ਹੋਰ ਛੱਡ ਆਓ। ਅਤੇ ਪਾਪਾ ਉਹਨਾਂ ਦੇ ਕਦੇ ਉਹਨਾਂ ਨੂੰ ਘਰੇ ਦੱਸਣ ਗਏ ਵੀ ਐਵੇਂ ਐਵੇਂ ਨਾ ਤੁਸੀਂ ਕਰਾਇਆ ਕਰੋ, ਅਤੇ ਉਸ ਤੋਂ ਬਾਅਦ ਬਹਿਸ ਵਾਹਵਾ ਹੋ ਗਈ। ਜਿਹੜਾ ਪਹੀਆ ਉਹਨਾਂ ਨੇ ਰੱਖਿਆ ਹੋਇਆ ਸੀ ਉਹਨੂੰ ਪਤਾ ਨਹੀਂ ਕੀ ਡਾਊਟ ਹੋਇਆ ਕੁਝ ਹੋਇਆ, ਅਤੇ ਉਹਨੇ ਲੜਾਈ ਕਰਨੀ ਸ਼ੁਰੂ ਕਰਤੀ ਅਤੇ ਫਾਦਰ ਸਾਹਿਬ ਦੇ ਮਤਲਬ ਸਿਰ 'ਤੇ ਵੱਜੀਆਂ ਨੇ ਅਤੇ ਨਾਲੇ ਉਂਗਲਾਂ 'ਤੇ ਵੀ ਵੱਜੀਆਂ ਨੇ ਜਿਹਦੇ 'ਤੇ ਹਲੇ ਸੋਜੀ ਛਾਈ ਹੋਈ ਹੈ, ਅਤੇ ਹੱਥ ਪ੍ਰੋਪਰਲੀ ਹਲੇ ਕੰਮ ਕਰ ਨਹੀਂ ਰਿਹਾ ਪਿਆ। ਅਸੀਂ ਹੁਣ ਹੋਸਪਿਟਲ ਆਏ ਹਾਂ ਫਸਟ ਏਡ ਵਗੈਰਾ ਕਰਵਾਉਣ ਵਾਸਤੇ। ਮੇਨ ਤਾਂ ਗੱਲ ਜੀ ਉਹੀ ਹੈ ਕਿ ਦੇਖੋ ਉਹ ਆਪਦੇ ਘਰੋਂ ਸਾਡੇ ਘਰ ਵੱਲ ਛੱਡ ਦੇਣਗੇ, ਨੁਕਸਾਨ ਤਾਂ ਕਰਨਗੇ ਜੀ, ਅਤੇ ਇਹੀ ਸਮਝਾਉਣਾ ਸਾਡਾ ਮੋਟਿਵ ਸੀ ਕਿ ਇੱਥੇ ਨਾ ਛੱਡੋ, ਕਿੱਥੇ ਹੋਰ ਛੱਡ ਦਿਓ। ਅਸੀਂ ਤਾਂ ਉਹਨਾਂ ਦੇ ਘਰੇ ਗਏ ਸੀ ਬਲਕਿ ਪਿਆਰ ਨਾਲ ਗੱਲ ਕਰਨ ਵਾਸਤੇ ਕਿ ਇਹ ਕਿਧਰੇ ਹੋਰ ਛੱਡਦਾ ਕਰੋ ਤਾਂ ਕਿ ਇਹੋ ਜਿਹੀ ਕੋਈ ਦਿੱਕਤ ਨਾ ਹੋਵੇ, ਨਾ ਸਾਨੂੰ ਹੋਵੇ, ਨਾ ਕਿਸੇ ਦੇ ਹੋਰ ਨੂੰ ਹੋਵੇ। ਲੇਕਿਨ ਜਿਹੜਾ ਉਹ ਪਹੀਆ ਉਹਨਾਂ ਨੇ ਰੱਖਿਆ ਹੋਇਆ ਸੀ ਪਤਾ ਨਹੀਂ ਕਿੱਥੋਂ ਆਇਆ, ਕੀ ਨਾਮ ਹੈ, ਨਾ ਉਹਦੀ ਕੋਈ ਵੈਰੀਫਿਕੇਸ਼ਨ ਹੋਈ ਹੋਈ ਹਾਲੇ ਤੱਕ, ਅਤੇ ਪਲੀਜ਼ ਉਹਦੇ 'ਤੇ ਕੋਈ ਕਾਰਵਾਈ ਕੀਤੀ ਜਾਵੇ। ਸਾਡੀ ਤਾਂ ਇਹੀ ਮੰਗ ਹੈ ਜੀ, ਅਸੀਂ ਤਾਂ ਜੀ ਇਹੀ ਚਾਹੁੰਦੇ ਹਾਂ ਕਿ ਪਹਿਲੇ ਬੰਦੇ ਦੀ ਵੈਰੀਫਿਕੇਸ਼ਨ ਕੀਤੀ ਜਾਵੇ, ਹੋ ਸਕਦਾ ਕਿ ਉਹਦਾ ਕੋਈ ਕ੍ਰਿਮੀਨਲ ਰਿਪੋਰਟ ਵੀ ਹੋਵੇ, ਅਤੇ ਜਿਹੜੀ ਬੰਦੀ ਕਾਰਵਾਈ ਹੈ ਜਿਨ੍ਹਾਂ ਨੇ ਉਹਨੂੰ ਸ਼ਹਿ ਦਿੱਤੀ, ਪਲੱਸ ਜਿਹੜਾ ਉਹ ਪਹੀਆ ਜਿਹੜੇ ਹੱਥਾਂ ਪਾਈ ਕੀਤੇ ਵਾ ਉਹਨਾਂ ਨੂੰ ਉਹਦੇ 'ਤੇ ਕਾਰਵਾਈ ਕੀਤੀ ਜਾਵੇ।